ਹੁਣ ਟੇਸਟ ਕਰਕੇ ਦੱਸ ਦੇ ਨੇ ਮੌਲਵੀ ਸਾਹਿਬ ਸਾਨੂੰ ਜ਼ਬਰਦਸਤ ਅਸਲਾਮ ਵਾਲੇਕਮ ਜੀ ਅੱਜ ਅਸੀਂ ਆਏ ਹਾਂ ਜ਼ੈਨ ਤਿੱਕਾ ਸ਼ਾਪ 'ਤੇ ਕੁੱਲੂਵਾਲ ਇਹਨਾਂ ਦਾ ਚਰਗਾ ਬਹੁਤ ਹੀ ਅੱਛਾ ਬਣਾਉਂਦੇ ਨੇ ਕੋਲਿਆਂ ਵਾਲਾ ਫੁੱਲ ਮੁਰਗੀ ਦਾ ਅੱਜ ਤੁਹਾਨੂੰ ਅਸੀਂ ਇਹਨਾਂ ਦਾ ਕਿਸ ਤਰ੍ਹਾਂ ਬਣਾਉਂਦੇ ਨੇ ਅਤੇ ਕਿੰਨਾ ਕੁ ਟੇਸਟੀ ਹੁੰਦਾ ਤੁਹਾਨੂੰ ਦੱਸਦੇ ਹਾਂ ਬੜੇ ਅੱਛੇ ਇਨਸਾਨ ਨੇ ਕਿੰਨੀ ਕੁ ਤੇਰੇ ਨੂੰ ਪਕਾਉਣਾ ਜੇ ਤਕਰੀਬਨ 14-15 ਮਿੰਟ ਲੱਗ ਜਾਣਾ ਅੱਛਾ 14-15 ਮਿੰਟ ਇਹਨੂੰ ਪਕਾਉਣਾ ਇੱਥੇ ਕੋਲਿਆਂ ਤੇ ਵਾਹ ਜੀ ਉਸਤਾਦ ਜੀ ਪੇੜੇ ਛੇੜੇ ਤਿਆਰ ਕਰ ਰਹੇ ਨੇ ਉਹਨੂੰ ਰੋਟੀ ਲਗਵਾਉਣ ਲੱਗੇ ਇਹਨਾਂ ਕੋਲ ਲਓ ਜੀ ਮਾਸ਼ਾਅੱਲਾ ਰਾਇਤਾ ਅਤੇ ਸਲਾਦ ਆ ਗਿਆ ਸਾਡਾ ਹੁਣ ਸਾਡਾ ਆਰਡਰ ਆਉਣ ਲੱਗਾ ਲਓ ਜੀ ਦਾਇਮ ਨੇ ਸਾਡਾ ਚਰਗਾ ਵੀ ਲੈਣ ਦਾ ਜੀ ਕਿਆ ਬਾਤ ਹੈ ਮਾਸ਼ਾਅੱਲਾ ਵੇਖੋ ਰੰਗਤ ਹੁਣ ਟੇਸਟ ਕਰਕੇ ਦੱਸਦੇ ਨੇ ਮੌਲਵੀ ਸਾਹਿਬ ਸਾਨੂੰ ਹਾਂਜੀ ਮੌਲਵੀ ਸਾਹਿਬ ਲਓ ਜੀ ਮਾਸ਼ਾਅੱਲਾ ਜਿਸ ਤਰ੍ਹਾਂ ਪਹਿਲੇ ਆਉਂਦੇ ਹਾਂ ਜ਼ੈਕਾ ਬਣਦਾ ਪਰ ਜਿਸ ਤੋਂ ਮਾਸ਼ਾਅੱਲਾ ਜ਼ਿਆਦਾ ਜ਼ੈਕਾ ਮਾਸ਼ਾਅੱਲਾ ਜ਼ੈਨ ਤਿੱਕਾ ਸ਼ਾਪ ਕੁੱਲੂਵਾਲ ਸਬਸਕ੍ਰਾਈਬ ਕਰੋ ਇਸ ਤਰ੍ਹਾਂ ਦੀਆਂ ਹੋਰ ਮਜ਼ੇਦਾਰ ਵੀਡੀਓ ਤੁਹਾਡੇ ਇੰਤਜ਼ਾਰ ਕਰ ਰਹੀ ਸੀ